ਹਾਂਜੀ, ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਵੀਰੋ? ਕਬੂਤਰ ਕਬਾਤਰ ਸੈੱਟ ਆ ਜੀ ਸਾਰੇ ਵੀਰਾਂ ਦੇ, ਘਰ ਪੂਰਾ ਠੀਕ ਆ? ਲਓ ਬਾਗੋ ਕਰਦੀ ਆ ਵਲੋਗ ਦੀ ਸਟਾਰਟਿੰਗ, ਅਤੇ ਆਪਣਾ ਝੋੜਾਣਾ ਮਿੱਤਰ ਵੀ ਆਇਆ ਹੋਇਆ ਸੁਬਹਾ ਸੁਬਹਾ ਹੀ। ਸੁਬਹਾ ਸੁਬਹਾ ਨਹੀਂ ਵੈਸੇ, 10 ਕੁ ਤਾਂ ਵੱਜ ਗਏ ਹੋਣਗੇ ਨਾ, 10 ਵੱਜ ਗਏ ਤਾਂ ਸਹੀ ਟਾਈਮ 'ਤੇ ਆਇਆ ਵਿਚਾਰਾ, ਪਰ ਆਪਾਂ ਹਜੇ ਉੱਠੇ ਹੋਣਾ, ਕੱਲੋਂ ਮਿਲਾ ਕੇ ਨਹੀਂ ਆ ਕੇ ਉਠਾਇਆ ਯਾਰ, ਕਹਿੰਦਾ ਉੱਠ ਕੱਢ, ਮੈਂ ਵੀ ਚੱਲ ਉੱਠ ਕੱਢਦੇ ਬਾਈ, ਕਿਹੜੀ ਗੱਲ ਹੈ। ਬਲਜੀਤ ਦੇ ਵੀ ਫੋਨ ਆਈ ਜਾਂਦੇ ਵਿੱਚ, ਅਤੇ ਫੋਨ ਤਾਂ ਵੀ ਬਹੁਤ ਆਈ ਜਾਂਦੇ, ਘੱਟੋ ਘੱਟ 20 ਫੋਨ ਆਏ ਪਏ ਉਹਨਾਂ ਕੋਲ, 25 ਤੋਂ ਪਹਿਲਾਂ ਪਏ ਨਹੀਂ, ਫੋਨ ਆਪਣਾ ਸਾਈਲੈਂਟ ਸੀ, ਅਤੇ ਫੋਨ ਚੱਕ ਨਾ ਚੱਕੇ ਅਤੇ ਨਾ ਚੱਕਣੇ ਸੀ, ਸਿੱਧੇ ਹਿਸਾਬ ਕਿਤਾਬ ਹੈ। ਅਤੇ ਬਾਕੀ ਬਈ ਕਾਪੀ ਪਿੰਨ ਚੱਕ ਰੱਖਿਆ ਹੈਗਾ, ਅਤੇ ਆਪਣੇ ਪਿੰਡ ਵਾਲੀ ਬਾਜੀ ਵਾਸਤੇ ਕਬੂਤਰ ਲਿਖਦੇ ਹੈਗੇ। ਤੁਸੀਂ ਆਖੋਗੇ ਵੀ ਪੋਸਟਰ ਤਾਂ ਪਾਇਆ ਨਹੀਂ, ਕਬੂਤਰ ਪਹਿਲਾਂ ਹੀ ਲਿਖੀ ਜਾਂਦੇ ਆ, ਪੋਸਟਰ ਪਾਉਣ ਤੋਂ ਬਿਨਾਂ ਹੀ 25-30 ਕਬੂਤਰ ਲਿਖਾ ਦੇ ਲੋਕਾਂ ਨੇ, ਬਿਨਾਂ ਐਂਟਰੀ ਪੁੱਛੇ, ਬਿਨਾਂ ਨਾਮ ਪੁੱਛੇ, ਬਸ ਕਹਿੰਦੇ ਲਿਖ ਲਾ ਬਈ ਸਾਡਾ ਕਬੂਤਰ ਹੈ। ਅਤੇ ਦੱਸਦੇ ਹਾਂ ਨਾ, ਕਹਿੰਦੇ ਲਿਖ ਲਈਏ, ਤੁਹਾਨੂੰ ਵੀ ਦਿਖਾਵਾਂਗੇ ਵੀ ਕਿੰਨੇ ਕਬੂਤਰ ਲਿਖੇ ਗਏ। ਅਤੇ ਆਪਣੇ ਭਰਾ ਜਿਹੜੇ ਨੇ ਲਿਖਾਉਣਾ ਹੈ ਨਾ ਬਈ, ਮੈਨੂੰ ਕਰ ਲਓ ਫੋਨ ਯਾਰ, ਜਾਂ ਮੈਸੇਜ ਕਰ ਦਿਓ, ਇੱਕ ਬੰਦੇ ਦੇ 1-1 ਕਬੂਤਰ ਲਿਖਾਂਗੇ ਸਿਰਫ, ਠੀਕ ਆ ਕਿ ਨਹੀਂ? ਅਤੇ ਪੋਸਟਰ ਪਾਸਟਰ ਬਾਅਦ 'ਚ ਪਾਵਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ, ਪਹਿਲਾਂ ਕਬੂਤਰ ਸਾਰੇ ਲਿਖ ਕੇ ਉਸ ਤੋਂ ਬਾਅਦ ਪਾਵਾਂਗੇ ਵੀ ਕਬੂਤਰ ਪੂਰੇ ਆ, ਕੋਈ ਵੀ ਭਰਾ ਫੋਨ ਨਾ ਕਰੇ, ਉਸ ਤੋਂ ਪਹਿਲਾਂ ਲਿਖਾ ਦਿਓ ਜਿਹੜੇ ਵੀ ਲਿਖਾਉਣੇ ਆ ਤਾਂ। ਹਾਂਜੀ ਮੇਰੇ ਵੀਰੋ, ਲਿਖ ਲਏ ਜੀ ਕਬੂਤਰ, ਲਗਭਗ ਮੰਨ ਕੇ ਚਲੋ ਵੀ, ਖੜ ਜਾਓ ਇੱਕ ਮਿੰਟ ਬਾਅਦ, ਇੰਨੇ ਕੁ ਕਬੂਤਰ ਬਈ ਮੇਰੇ ਮੂੰਹ ਜਵਾਨੀ ਯਾਦ ਸੀਗੇ, ਠੀਕ ਹੈ, 22 ਕਬੂਤਰ ਲਿਖੇ ਗਏ ਆ, ਇੰਨੇ ਕੁ ਜਮਾਂ ਐਂ ਦੇਖ ਲਓ ਵੀ ਬਿਨਾਂ ਕਿਸੇ ਨੂੰ ਫੋਨ ਲਾਏ, ਬਿਨਾਂ ਕਿਸੇ ਤੋਂ ਪੁੱਛੇ, ਮੇਰੇ ਯਾਦ ਰਹਿ ਗਏ ਵੀ 22 ਕਬੂਤਰ ਕਿਹੜੇ ਕਿਹੜੇ ਲਿਖਣੇ ਆ ਮੈਂ, ਜਿਹਨਾਂ ਇਹਨੇ ਫੋਨ ਆਏ ਸੀ। ਹਜੇ ਮੈਂ ਭੁੱਲ ਗਿਆ, ਘੱਟੋ ਘੱਟ 30-35 ਕਬੂਤਰ ਲਿਖਾਏ ਸੀ, ਮੈਨੂੰ ਵੱਧ ਹੀ ਲਿਖਾਏ ਸੀ ਲੋਕਾਂ ਨੇ, ਆਪਣੇ ਭਰਾਵਾਂ ਨੇ ਮਤਲਬ, ਅਤੇ ਭੁੱਲ ਗਿਆ ਬਾਬੇ ਉਹਨਾਂ ਦੇ ਕਬੂਤਰ ਲਿਖਣੇ, ਅਤੇ ਆਪਦੇ ਦੇਖ ਲਓ ਹੈ ਨਾ ਬਈ, ਅਤੇ ਜਿਹਦਾ ਰਹਿ ਰੂ ਗਿਆ ਭਰਾ ਆਪਣੇ, ਅਤੇ ਦੱਸ ਦਿਓ ਵੀ ਬਈ ਮੇਰਾ ਨਹੀਂ ਲਿਖਿਆ ਗਿਆ। ਅਤੇ ਬਾਅਦ ਲਿਖ ਕੇ ਪਹਿਲਾਂ ਕਬੂਤਰ ਪੂਰੇ ਕਰਕੇ ਆਪਾਂ ਫੇਰ ਹੀ ਪੋਸਟਰ ਪਾਉਣਾ 22 ਦਾ, ਤੂੰ ਪਹਿਲਾਂ ਨਹੀਂ ਪੋਸਟਰ ਪਾਉਣਾ ਆਪਾਂ। ਲੱਗ ਗਿਆ ਬਾਬਿਓ, ਆਹ ਤਾਂ ਜਮਾਂ ਪੱਕਾ ਲੱਗ ਗਿਆ ਬਈ, ਤੁਹਾਨੂੰ ਦੱਸਿਆ ਸੀਗਾ ਨਾ ਮੈਂ, ਜਮਾਂ ਹੀ ਪੱਕਾ ਲੱਗ ਗਿਆ ਬਦੰਦਰ, ਜਿੱਥੇ ਬਹਿਣਾ ਉੱਥੇ ਕਨਫਰਮ ਲਾ, ਹੁਣ ਐਂ ਬੈਠਾ ਸੀ ਕਬੂਤਰ ਲਿਖੀ ਜਾਂਦਾ, ਸੌਂ ਲੱਗੇ ਚੱਕ ਹੀ ਨਹੀਂ ਬਾਇਆ, ਆਪੇ ਆ ਕੇ ਬਹਿ ਜਾਂਦਾ, ਪਤਾ ਨਹੀਂ ਕਾਹਦਾ ਮੂੰਹ ਕਰਦਾ ਯਾਰ ਇਹ, ਹਾਂ ਮਿੱਠੀ ਦੰਦ ਵੀ ਨਾ ਮਰੇ ਹਨਾ ਕਿਤੇ, ਕਿਤੇ ਭੈੜਾ ਕਿਤੇ ਖਾ ਜੇ ਬਈ। 32 ਕਬੂਤਰ ਹੋ ਗਏ, 31 ਦੇਖ ਲਓ, ਮੈਨੂੰ ਲੱਗਦਾ 70 ਤਾਂ ਹੋ ਜਾਣਗੇ ਅੱਜ ਅੱਜ ਹੀ ਸਾਡੇ ਕਬੂਤਰ, ਜਿਹੜੇ ਹਿਸਾਬ 'ਤੇ ਸਾਰੇ ਜਿੰਨੇ ਆਈ ਜਾਂਦੇ ਫੋਨ ਲਿਖੀ ਜਾਂਦਾ ਮੈਂ। ਹਾਂਜੀ ਮੇਰੇ ਵੀਰੋ, ਹੋਈਏ ਜੀ ਖੁੱਡਿਆਂ ਦੇ ਲਵੇ, ਉਹਨਾਂ ਦੇ ਕਹਿਣ ਨੂੰ ਲਵੇ, ਆਪਾਂ ਤਾਂ ਕਹਿੰਦੇ ਖੁੱਡਿਆਂ ਦਿਵਾਲੇ ਹੋ ਗਏ, ਲਵੇ ਹੈ ਨਾ, ਜਾਂ ਖੁੱਡਿਆਂ ਦੇ ਨੇੜੇ ਕਹਿ ਲਗੇ, ਖੁੱਡਿਆਂ ਦੇ ਲਾਗੇ ਕਹਿ ਲਗੇ, ਕੁਛ ਵੀ ਕਹਿ ਲਗੇ, ਇਹ ਭਾਈ ਆਪਾਂ ਐਂ ਨਾ ਕਰਕੇ, ਇੱਕ ਤਾਂ ਇਹ ਵੀ ਅੜ ਜਾਂਦੀ ਹੈ, ਇਹ ਕਬੂਤਰ ਨੂੰ ਤਾਂ ਕੱਢ ਦਈਏ ਆਪਾਂ ਨੈੱਟ 'ਚ, ਉਹ ਜਾਲ 'ਚ ਬਾਹਰ ਧੁੱਪੇ ਦਵਾਈ ਦੇ ਕੇ, ਅਤੇ ਉਹ ਜੋੜੀ ਛੱਡ ਦਈਏ ਅੰਦਰ ਆਪਾਂ। ਹਾਂਜੀ ਮੇਰੇ ਵੀਰੋ, ਅਤੇ ਨਾਲ ਦੀ ਨਾਲ ਦਵਾਈ ਵੀ ਦੇ ਦਿੱਤੀ ਬਈ ਇਹਨਾਂ ਨੂੰ, ਉਹ ਦੇਖੋ ਉਹ ਰੱਖੀ ਵੀ ਸਾਹਮਣੇ ਡੱਬੇ 'ਚ, ਇੱਕ ਗੋਲੀ ਮਾਰੀ ਆਪਣੀ ਇਹਦੇ ਅੰਦਰ, ਕਾਲੀਆਂ ਜਵਾਲੀਆਂ ਵਾਲੀ ਅੰਦਰ, ਠੀਕ ਹੈ, ਹੈਂ ਥੱਲੀ ਬਹਿ ਗਈ ਖੰਡ, ਅਜੇ ਤਾਂ ਕਮਾਲ ਹੋ ਗਈ ਭਾਈ ਇਹ ਵੀ, ਲੈ ਇਹਨੂੰ ਵੀ ਜੇ ਖਿਲਾਵੇਂਗਾ ਤਾਂ ਮੂੰਹ ਇਹਦੇ ਵੀ ਸੜਦ ਗਏ ਕਰਾਂ ਮੂੰਹ 'ਚ, ਕੰਮ ਗਲਤ ਜੋ ਕੋ, ਰਹਿੰਦੇ ਰਹਿੰਦੇ ਵੀਡੀਓ ਬੰਦ ਹੀ ਕਰ ਲਗੇ, ਛੱਡਦੇ ਬਰੋ ਦੂਜੀ ਕਬੂਤਰੀ ਨੂੰ ਵੀ ਆਪਣੇ ਨੂੰ, ਓਕੇ ਓਕੇ, ਰਿਪੋਰਟਰ ਨੂੰ ਬੈਠਣ ਦੇ ਧੁੱਪੇ, ਅਤੇ ਆਪਣੀ ਜੋੜੀ ਲਿਆਂਦਰੋ ਕੱਢ ਕੇ, ਜੋੜੀ ਨੂੰ ਪਾ ਛੱਡ ਗਏ ਯਾਰ, ਖੁੱਡੇ ਛੱਡ ਗਏ ਜੋੜੀ ਨੂੰ, ਫੇਰ ਲੱਗੂਗੀ ਬਰੋ, ਇਹਨਾਂ ਨੂੰ ਵੀ ਛੱਡ ਦੇ ਦੋਵਾਂ ਨੂੰ, ਇਹ ਲੱਗ ਜੇ ਤਾਂ ਇਹਦੇ ਨਾਲ ਕਿਤੇ ਸਿਰਾ ਹੀ ਲੱਗ ਜੇ, ਚਲੋ ਵਿੰਗਿਆ ਆ ਤੂੰ ਵੀ, ਪਾ ਦੇ ਗਾਹ ਗਿਰਾਂ ਤਾਂ, ਕਿ ਪਾਟ ਆ ਪਾਊਗਾ, ਬੋਲੂਗਾ ਕਿ ਨਹੀਂ ਬੋਲਦਾ, ਖੜਦੇ ਦੇਖ ਵੀ, ਹੈਂ ਹੋਰ ਵੀ ਪਾਸੇ ਬੋਲੀ ਜਾਂਦਾ ਪਤੰਦਰ, ਇਹ ਦੂਜੇ ਖੁੱਡੇ ਵੀ ਖੋਲ ਲਏ ਬਈ ਆਪਾਂ, ਹਾ ਕਿਉਂ ਗਿਆ, ਨਿਕਲਿਆ ਬੈਠਾ ਸੀਗਾ ਸੱਚੀ, ਬੱਚਾ ਕੁਛ ਤਾਂ ਨਹੀਂ ਮਾਰ ਤੈਨੂੰ ਕੋਈ, ਹੈਂ ਯਾਰ ਭੈਣ ਚੋ ਇਹ ਮਰੂਗਾ ਮੇਰੇ ਹੱਥੋਂ, ਇਹ ਗੰਦ ਮਰੂਗਾ ਮੇਰੇ ਹੱਥੋਂ, ਮੈਨੂੰ ਲੱਗ ਗਿਆ ਪਤਾ ਇਹਦਾ, ਚਲੋ ਕੋਈ ਨਾ ਯਾਰ ਬਾਬਿਓ, ਅਤੇ ਇੱਧਰ ਪਿੰਜਰੇ ਵਾਲੇ ਕਬੂਤਰਾਂ ਨੂੰ ਦੇ ਦਿੱਤੀ ਆ ਦੇਸੀ ਦਵਾਈ, ਉੱਧਰ ਦੋਵੇਂ ਮੇਨ ਕਬੂਤਰਾਂ ਨੂੰ ਵੀ ਦੇ ਦਿੱਤੀ,
ਇਹਨਾਂ ਨੂੰ ਭਾਈ ਲੋਕ ਹੀ ਲਾ ਦੇ ਤੂੰ ਬਸ ਇਹਨਾਂ ਨੂੰ ਤਾਂ ਪੱਕਾ ਹੀ ਫਿਕਸ ਕਰਦੇ ਕੰਮ ਅਤੇ ਹੁਣ ਚੱਲੀਏ ਖੁੱਡਿਆਂ ਕਰਨੀ ਉਹਨਾਂ ਨੂੰ ਵੀ ਦੇਈਏ ਚੱਲ ਕੇ ਸਾਨੂੰ ਬੱਚਾ ਦਿਖਾ ਕੇ ਇੱਕ ਹੋਰ ਸੁਬਹਾ ਸੁਬਹ ਹੀ ਪਾਰਟੀ ਹੋ ਗਈ ਆਹ ਬੱਚਾ ਕਹਿੰਦੇ ਸੀ ਰਾਤ ਨਿਕਲਣ ਵਾਲਾ ਸੀਗਾ ਅਤੇ ਲੋੜ ਹੀ ਨਹੀਂ ਬੇਬੀ ਕੱਢਣ ਦੀ ਆਪੇ ਹੀ ਨਿਕਲ ਗਿਆ ਅਤੇ ਆਂਡੇ 'ਚ ਵੀ ਨਿਕਲਣ ਵਾਲਾ ਦੇਖੋ ਬੱਚਾ ਟੱਕ ਲਾਈ ਜਾਂਦਾ ਇੱਥੇ ਅਤੇ ਇਹ ਵੀ ਸ਼ਾਮ ਤੱਕ ਨਿਕਲਿਆ ਹੋਣਾ ਆਹ ਕੋਈ ਚੱਕਰ ਨੂੰ ਇਹ ਆਂਡੇ ਆਪੇ ਖਾ ਲੈਣਗੇ ਚਲੋ ਆ ਪਿਓ ਚੱਲੀਏ ਘਰੇ ਰੋਟੀ ਰੋਟੀ ਖਾਇਆ ਹੀ ਹੈ ਦਸ ਨਹੀਂ ਨਹੀਂ ਦਸ ਨਹੀਂ ਗਿਆ 12 ਵੱਜ ਗਏ ਮੇਰੇ ਹਿਸਾਬ ਨਾਲ ਤਾਂ ਬਈ ਅਤੇ ਕਬੂਤਰ ਲਿਖੇ ਗਏ ਭਾਈ ਸਾਹਿਬ 40 ਦੇ ਆਸੇ ਪਾਸੇ ਕਬੂਤਰ ਲਿਖੇ ਗਏ ਦੇਖੋ ਤੜਕੇ ਦੀ ਲਿਖਣ ਲੱਗਿਆ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰਲੇ ਘਰੇ ਰੋਟੀ ਰੋਟੀ ਖਾਇਆ ਦੀ ਬਾਬੇ ਵੈਸੇ ਤਾਂ ਹੋ ਗਏ ਲੇਟ ਹਾਂ ਚੁੱਬਰਾ ਕੀ ਕਹਿੰਦਾ ਕਬੂਤਰ ਕੋਈ ਨਵੀਂ ਜੁੜੀ ਨਾਲ ਅੰਡਾ ਤਰਿਆ ਕੇ ਨਹੀਂ ਪਰ ਨਵੀਂ ਜੁੜੀ ਲੱਗੀ ਨਹੀਂ ਮੈਨੂੰ ਲੱਗਦਾ ਕੋਈ ਹੈ ਨਾ ਇੱਕ ਲੱਗੀ ਹੈ ਅਤੇ ਕਾਲੀ ਚੀਨੀ ਲੱਗ ਗਈ ਕਿ ਨਹੀਂ ਕਿਸੇ ਨਾਲ ਇਹੋ ਜਿਹੇ ਬੰਦੇ ਤਾਂ ਬਾਹਲੇ ਆ ਕੇ ਜਾ ਆਪਣੀ ਵੀਡੀਓ ਨਹੀਂ ਬਣਾਈ ਗਈ ਹੈ ਨਾ ਚੱਲ ਕੋਈ ਗੱਲ ਨਹੀਂ ਹੁਣ ਬਣਾਉਣ ਦਾ ਕੀ ਫਾਇਦਾ ਠੀਕ ਹੈ ਕਿ ਨਹੀਂ ਹੁਣ ਆਪਾਂ ਕੀ ਕਰ ਗਏ ਸਮਝ ਨਹੀਂ ਆ ਰਹੀ ਮੈਨੂੰ ਨਹੀਂ ਆਏ ਨਹੀਂ ਇਸ ਜਵਾਬ ਹੱਥ ਨੇ ਆਪਾਂ ਚੰਨੂ ਚੱਲਾਂਗੇ ਸ਼ਾਇਦ ਗਿੱਲ ਕੋਲੇ ਹਾਂ ਗਿੱਲ ਬਾਈ ਜੀ ਕੋਲੇ ਅਤੇ ਨਾਲ ਤਾਂ ਕੋਈ ਗੱਲਾਂ ਬਾਤਾਂ ਕਰਾਂਗੇ ਦਿਨ ਲੰਘ ਜੂਗਾ ਉੱਥੇ ਅਤੇ ਨਾਲੇ ਭਾਈ ਸਾਹਿਬ ਉੱਥੋਂ ਇੱਕ ਜੋੜੀ ਲੈਣੀ ਆ ਬੱਚੇ ਪੜਾਉਣ ਨੂੰ ਇੱਕ ਜੋੜੀ ਤੇ ਕਦੀ ਕਬੂਤਰੀ ਚੱਕ ਲੈਣ ਕੋਈ ਗੁਣ ਰਾਵਣ ਕੋਠਾ ਹੀ ਨਾਲ ਸੰਪਰਕ ਆ ਥੋੜਾ ਉਹਨਾਂ ਦਾ ਠੀਕ ਹੈ ਗੁਣ ਵੀ ਲਿਆਵਾਂ ਗੁਣ ਤੋਂ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਤੂੰ ਪਹਿਲਾਂ ਗੋਸ਼ਾ ਆ ਗਿਆ ਸੀ ਇੱਕ ਭਰਾ ਕੋਈ ਲੰਬਗੋਂ ਆਇਆ ਸੀਗਾ ਨਾ ਯਾਦ ਹੈ ਮੁੰਡੇ ਦਾ ਕੀ ਸੀਗਾ ਤੈਨੂੰ ਲੰਬੀ ਵਾਲੇ ਦਾ ਪਤਾ ਕੁਛ ਨਾ ਨਹੀਂ ਯਾਦ ਚੱਲ ਕੋਈ ਗੱਲ ਨਹੀਂ ਇੱਕ ਲੰਬੀ ਤੋਂ ਮੁੰਡਾ ਐਸੇ ਮਿਲਣਾ ਵਿਚਾਰ ਉਹਦੀ ਵੀਡੀਓ ਨਹੀਂ ਬਣਾਈ ਕੋਈ ਦਿੱਕਤ ਵੀਡੀਓ ਨੂੰ ਕੀ ਐਡਾ ਯਾਰ ਚੱਲਦੇ ਰਹਿੰਦਾ ਕੰਮ ਹਾਂਜੀ ਬਾਬਿਓ ਅਤੇ ਇਹ ਕਬੂਤਰੀਆਂ ਵੀ ਕਲਾਸ਼ ਨੂੰ ਸੀ ਤੇ ਇਹ ਕਬੂਤਰੀਆਂ ਬਈ ਦੋਵੇਂ ਵਾਪਸ ਕਰਤੀਆਂ ਚੱਕਰ ਕੀ ਹੋਇਆ ਨਾ ਕਬੂਤਰ ਇਹਨੂੰ ਕੱਢੀ ਮਾੜੀ ਕਬੂਤਰੀ ਕੱਢੀ ਕੱਢੀ ਥੱਲੋਂ ਖਾਈ ਪਿੱਛੋਂ ਖਾਈ ਇਹਨੂੰ ਇਹਨੇ ਹਾਂ ਇਹਨੇ ਜੀ ਨਹੀਂ ਲਾਇਆ ਬਈ ਕਬੂਤਰੀ ਨੇ ਅਤੇ ਇੱਕ ਬਈ ਮੇਰੀ ਗਲਤੀ ਸਭ ਤੋਂ ਵੱਡੀ ਆਪਾਂ ਨੂੰ ਨਾ ਜਦੋਂ ਨਵੇਂ ਥਾਂ ਜਾਂਦਾ ਕਬੂਤਰ ਨੂੰ ਪਾਣੀ ਦਾ ਭਾਂਡੇ ਦਾ ਨਹੀਂ ਪਤਾ ਹੁੰਦਾ ਵੀ ਕਿੱਥੇ ਹੈ ਦਾਣੇ ਤੋਂ ਤਾਂ ਖਾਲੇ ਛੀਦਨ ਹੋ ਗਏ ਪਾਣੀ ਨਹੀਂ ਪੀਤਾ ਕਬੂਤਰਾਂ ਜਮਾਂ ਮਰਨ ਕਿਨਾਰੇ ਆ ਗਿਆ ਅੱਜ ਇਹਨੇ ਆ ਕੇ ਦੇਖ ਲਿਆ ਮੁੰਡੇ ਨੇ ਕਹਿੰਦਾ ਭੈਣ ਕਬੂਤਰਾਂ ਮਰਨ ਲਗਾਉਂਗਾ ਬੈਠਾ ਜਦੋਂ ਪਾਣੀ ਪਿਆ ਡੱਕ ਕੇ ਪਾਣੀ ਪੀਤਾ ਭਰਾਵਾ ਮਸਾਂ ਸੈੱਟ ਹੋਊਗਾ ਮੈਂ ਕਿਹਾ ਬਾਈ ਬਿੰਡ ਤੋਂ ਇਹਨਾਂ ਨੂੰ ਲੈ ਜਾਣ ਨੇ ਜੀ ਨਹੀਂ ਲਾਇਆ ਹੈ ਨਾ ਅਤੇ ਬਾਕੀ ਮੈਨੂੰ ਡਰਾਈ ਜੇ ਜਾਂਦੀਆਂ ਸੀਗੀਆਂ ਸਹੀ ਦੱਸਦਾ ਲੱਛਣ ਮੈਨੂੰ ਆਇਆ ਇੰਝ ਕਰਦੇ ਥੋੜ੍ਹਾ ਜਿਹਾ ਉਹ ਪੌਦਾ ਪਾਣੀ ਕਰਕੇ ਕਰਦੀਆਂ ਸੀ ਜਦੋਂ ਪਾਣੀ ਨਹੀਂ ਮਿਲਿਆ ਹੈ ਨਾ ਕਬੂਤਰ ਕਰਨਗੇ ਵਿਚਾਰੀਆਂ ਇਹ ਅਤੇ ਮੈਂ ਦੋਵੇਂ ਮੈਂ ਤੂੰ ਵਾਪਸ ਹੀ ਲੈ ਜਾ ਅਤੇ ਆਪਾਂ ਹੱਥ ਨੇ ਗਿੱਲ ਕਿਆਂ ਤੋਂ ਲਿਆਵਾਂਗੇ ਜਾਂ ਇਹ ਹੋਰ ਛੱਡ ਜੂ ਬਾਅਦ 'ਚ ਕੋਈ ਬੱਚੇ ਪੜਾਉਣ ਵਾਸਤੇ ਹਾਂ ਹਾਂ ਦੱਸੋ ਹੈਂ ਉੱਥੇ ਠੀਕ ਹੈ ਹੁਣ ਚੱਲਦੇ ਹਾਂ ਬਾਦਲ ਅਤੇ ਭੁੱਖੇ ਮਾਰਦੇ ਜੀ ਨਹੀਂ ਲਾਦਾ ਸਹੀ ਦੱਸੋ ਵਰਗ ਆਪਣਾ ਮਾਰਾਂ 20 ਰੁਪਏ ਪੈਸੇ ਆਪਣੇ ਕੱਲ੍ਹ ਵਾਲੇ 20 ਰੁਪਏ ਚੱਕ ਕੇ ਪਾਲੇ ਜੇਬ 'ਚ ਦਸਾਂ ਦੀ ਕੋਲ ਫੀ ਇਹਨੂੰ ਖਵਾ ਦੂੰ ਦਸਾਂ ਦੀ ਕੋਲ ਖਵਾ ਅਤੇ ਜ਼ਿੰਦਗੀ ਸਾਡੀ ਸਫਲ ਹੈ ਬਸ ਲਓ ਜੀ ਲੱਗਦਾ ਤਾਂ ਕੁਲਫੀ ਵੀ ਖਾ ਲਈ ਇੱਕ ਸਾਡੀ ਖੰਡ ਹੋ ਜਾਂਦੀ ਇੱਧਰ ਆ ਕੇ ਹੈਲੋ ਕਰਕੇ ਜਾ ਕਿੱਧਰ ਦੀ ਕਰੇਗਾ ਚੱਲ ਅੱਗੇ ਦੀ ਕਰਦੇ ਕੋਈ ਗੱਲ ਨਹੀਂ ਹੈਲੋ ਸਤਿ ਸ਼੍ਰੀ ਅਕਾਲ ਜੀ ਇਹ ਚੁਬਰ ਬਾਲ ਤੋਂ ਹੈ ਠੀਕ ਹੈ ਕੁਲਫੀ ਪਾਰਟੀ ਚੱਲ ਪਈ ਅੱਜ ਓਕੇ ਬੇਬੀ ਜਾ ਵੜੋ ਘਰੇ ਕੋਈ ਸਟੱਡੀ ਸਟੂਡੀ ਕਰੋ ਜਾ ਕੇ ਖੜ ਜਾ ਸਰਾਤ ਸਰਾਤ ਚੱਲ ਗਏ ਘਰੇ ਪਾਣੀ ਵੀ ਪੀ ਲਿਆ ਇੱਥੋਂ ਬਾਲ ਵਾਲਿਆਂ ਦੀ ਕੋਠੀ ਤੋਂ ਠੀਕ ਹੈ ਕਿ ਨਹੀਂ ਕਿਉਂਕਿ ਅਸੀਂ ਗਰੀਬ ਬੰਦੇ ਸਾਡੇ ਘਰੇ ਪੀਣ ਨੂੰ ਪਾਣੀ ਵੀ ਅਸੀਂ ਪਾਣੀ ਪੀਣ ਵੀ ਬਾਲ ਲਾਉਣੇ ਆ ਕੁਲਫੀ ਖਾਣ ਵੀ ਬਾਲ ਲਾਉਣੇ ਆ ਸਾਰੇ ਕੰਮ ਸਾਡੇ ਬਾਲ ਹੀ ਸ਼ੁੱਧ ਹੁੰਦੇ ਆ ਇੱਥੇ ਹੀ ਬੰਨਣਗੇ ਸਾਨੂੰ ਜਿੱਦਣ ਬੰਨਿਆ ਹੈ ਚੱਲ ਭਾਈ ਹੁਣ ਕਿੱਧਰ ਮੈਂ ਕਹਿੰਦਾ ਐਂ ਦੀ ਪਿੱਛੇ ਦੀ ਗੇੜੀ ਲੈ ਚੱਲਾਂਗੇ ਐਂ ਨਹੀਂ ਜਾਂਦੇ ਆਪਾਂ ਲਓ ਜੀ ਅਤੇ ਆਪਣੇ ਬੱਚੇ ਨੂੰ ਵੀ ਦੇ ਦਈਏ ਆਪਾਂ ਉਹ ਕੀ ਕਹਿੰਦੇ ਹੁੰਦੇ ਆ ਹਾਂ ਛੋਲੇ ਠੀਕ ਹੈ ਇਹਨੂੰ ਹੈਂਡ ਫੀਡ ਕਰਾ ਦੇਗੇ ਛੋਕਰੀ ਆਪਣੇ ਬੱਠ ਮਾਰੀ ਚਾਦਰ 'ਤੇ ਚੱਲ ਕੋਈ ਗੱਲ ਨਹੀਂ ਚਾਦਰ ਨਵੀਂ ਲਾਵਾਂਗੇ ਉਦੋਂ ਬਾਅਦ ਅਤੇ ਕੋਈ ਕੂਤਰਾਂ ਦੀ ਚੱਸ ਕਰਦਾ ਬੰਦੀ ਚੱਸ ਨਹੀਂ ਕਰਦਾ ਹੁਣ ਦਾਣੇ ਤੈਨੂੰ ਮੈਂ ਖਵਾਉਣਾ ਕੂਤਰਾਂ ਕੰਨੀ ਤੂੰ ਕੀ ਲੈਣ ਜਾਵੇਂਗਾ ਇਧਰਾਂ ਚੋਬਰ ਪਹੁੰਚੇ ਹੋਏ ਵਿਚਾਰੇ ਆਪਣੇ ਬੱਬੀ ਹੇ ਵਾਲੇ ਮੇਰੇ ਵੀਰੋ ਛੋਲੇ ਦੇ ਦੇ ਚੱਕੇ ਨੂੰ ਮਾੜਾ ਨੇੜੇ ਵਾਲੇ ਘਟਾ ਲਿਆ ਮੁੰਡਿਆ ਕੋਲੇ ਆ ਜਾ ਭਰਤਾ ਕੋਟਾ ਹਿਸਾਬ ਜੇ ਦਾ ਅਤੇ ਉਹਦੀ ਦੇ ਦੇ 15-20 ਮਤਲਬ ਪਾਣੀ ਇਹਨੂੰ ਅਤੇ ਮਤਲਬ ਐਂ ਨਾ ਕਰ ਮੇਰੇ ਨਾ ਰਜਾਉਣੇ ਆ ਨਾਲੇ 15 ਕਰਦਾ
ਓਕਿਓ ਵੀ ਜਿਹੜੀ ਰਿਪੋਰਟ ਇਹ ਮੇਰੇ ਛੱਡ ਕੇ ਪਿੰਜਰੇ ਜਾਣਾ ਠੀਕ ਸਿਆਣਾ ਪੁੱਤ ਮੰਗਿਆ ਸਿਆਣਾ ਪੁੱਤ ਤੈਨੂੰ ਹਾਸੇ ਲਾਉਣਾ ਸੀਗਾ ਬੰਦ ਨਾ ਪਾਇਆ ਕਰ ਓਕਿਓ ਵੀ ਮੇਰੇ ਬੋਡੀ ਦੀ ਠੀਕ ਆ ਸੈੱਟ ਹੈ ਕੰਮ ਦੂਜੇ ਦੂਸਰਾ ਉੱਪਰ ਜਾਣਾ ਪੈ ਪਾਉਂਦੇ ਅਗਦੇ ਹੱਥ ਬਾਤ ਲਾਏ ਸੀ ਕਹਿੰਦੇ ਏਟੀਐਮ 'ਚ ਮੇਰੇ ਵੀਰੋ ਪੈਸਿਆਂ ਦਾ ਝੋਲਾ ਭਰਾਉਣ ਕਿੰਨਾ ਬਲਜੀਤ ਝੋਲਾ ਵਰਕ ਲੈ ਜਾਣੇ ਗੱਟਾ ਦੱਸ ਦੇ ਚੋਲ ਜਿਹਾ ਪਿਆ ਕਰ ਹੜ ਜਾ ਕੇ ਪਾਸਵਰਡ ਪੁਸਵਰਡ ਅਤੇ ਮਨੀ ਉਹ ਕਰੀ ਜਾਂਦਾ ਗਾ ਡੱਬੀਆਂ ਕਿ ਨਹੀਂ ਬਸ ਚੱਲਦੇ ਹਾਂ ਫਿਰ ਘਰ ਬਾਈ ਰੱਖੀਏ ਇੱਧਰ ਦਾਣੇ ਆਪਣੇ ਫੜੇ ਕਬੂਤਰਾਂ ਨੂੰ ਆਇਓ 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 ਬੇਟਾ ਪਾਣੀ ਵਾਲੇ ਭਾਂਡੇ ਵੀ ਚੱਕਦੇ ਅਤੇ ਪਾਣੀ ਵੀ ਬਦਲ ਗਿਆ ਆਹ ਕਿਹੜਾ ਬਾਅਦ ਟੱਪ ਕੇ ਕਿੜਾਏ ਖਾ ਗਏ ਇੰਨੇ ਜ਼ਿਆਦਾ ਕੀ ਕਹਿੰਦੇ ਪੜ੍ਹੇ ਲਿਖੇ ਤੇ ਸਿਆਣੇ ਸਿਉਣੇ ਐਜੂਕੇਟਡ ਪਰਸਨ ਆਪਾਂ ਕਿਹੜਾ ਕੋਈ ਕ੍ਰਾਈਮ ਕੀਤਾ ਚੱਲ ਪਏ ਜੀ ਘਰ ਨੂੰ ਬਾਦਲ ਆਏ ਸੀਗੇ ਡੀਜ਼ਲ ਲੈਣ ਨਹੀਂ ਤਾਂ ਘਰੋਂ ਸਮਾਨ ਮਿਲਦਾ ਦਾਣੇ ਪਾਉਂਦੇ ਪਾਉਂਦੇ ਅੱਧ ਚਲੇ ਆਏ ਹਾਂ ਹਨਾ ਕਿ ਹੋਰ ਕੋਈ ਕੰਮ ਕਰਦੇ ਨਹੀਂ ਵੀ ਇੰਨਾ ਕੰਮ ਤਾਂ ਕਰ ਸਕਦੇ ਵੀ ਨੀਰਾ ਤਾਂ ਨਹੀਂ ਕੁਦਰਨਾ ਅਤੇ ਨੀਰੇ ਕੁਦਰਨ ਵਾਸਤੇ ਡੀਜ਼ਲ ਤਾਂ ਲੈ ਕੇ ਦੇ ਸਕਦਾ ਚੋਬਰਾ ਇੰਨੇ ਤਾਂ ਨਹੀਂ ਗਏ ਗੁਜਰੇ ਚਲੋ ਬਸ ਚੱਲਦੇ ਘਰੇ ਬਾਬਿਓ ਲਓ ਜੀ ਅਤੇ ਅੱਜ ਇਹਨਾਂ ਨੂੰ ਟੈਟਰਾਸਾਈਕਲਿਨ ਦਾ ਪਾਊਡਰ ਪਾ ਦਈਏ ਮੈਂ ਕਿਹਾ ਵੈਸੇ ਤਾਂ ਸਭ ਕੁਛ ਬਹੁਤ ਘਟਾ ਰੱਖਿਆ ਬਾਬਿਓ ਇਸ ਨੂੰ ਪਤਾ ਪਰ ਫਿਰ ਵੀ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਮਾੜਾ ਮੋਟਾ ਪਾਉਂਦਾ ਹੀ ਰਹੇ ਬੰਦਾ ਕੋਈ ਨੁਕਸਾਨ ਵੀ ਹੋਣੀ ਇਹ ਚੀਜ਼ ਦਾ ਹੈ ਨਾ ਇੰਨਾ ਕਿਹਦੇ 'ਚ ਪਾ ਦਿੰਦੇ ਹਾਂ ਇੰਨਾ ਪਾ ਦਿੰਦੇ ਹਾਂ ਭਾਈ ਇੱਧਰਲੇ ਪਾਸੇ ਆਪਾਂ ਠੀਕ ਹੈ ਉਹਦੀ ਛੰਡਦੀ ਹੈ ਪਾਣੀ ਪਈ ਇਹਦੇ ਇੱਕ ਮਿੰਟ ਇੱਧਰੋਂ ਇੰਨਾ ਅਤੇ ਇੱਧਰੋਂ ਵੀ ਭਰ ਦਈਏ ਇੱਕ ਮਿੰਟ ਇੱਕ ਬਾਲਟੀ ਹੋਰ ਭਰ ਲੈਂਦਾ ਇੱਕ ਮਿੰਟ ਭਾਈ ਸ਼ਾਹ ਬਿੰਦੂ ਆਪਾਂ ਨੂੰ ਪਾਣੀ ਰੱਖ ਕੇ ਲਓ ਜੀ ਪਾਣੀ ਐਡ ਹੋਰ ਕਰ ਦਿਓ ਉਹਨਾਂ ਦਾ ਪਾਣੀ ਘਟੂਗਾ ਆਪਣੇ ਜੀ ਫੜ ਲਗੇ ਬਈ ਕਿਉਂਕਿ ਰਾਤ ਦਾ ਟਾਈਮ ਹੋ ਚੁੱਕਿਆ ਭੱਜ ਲੂੰਗਾ ਮੈਂ ਇੱਕ ਦੀ ਧੌਣ ਤੋੜਦੀ ਹੋਵੇ ਕੀ ਫਾਇਦਾ ਐ ਵੀ ਆਈ ਜਾਵੇਗੀ ਤੂੰ ਹੱਥ ਚ ਆਇਆ ਭਾਵਕ ਹੋਣੇ ਹੀ ਦਾਣੇ ਪਾ ਗਏ ਵਿਚਾਰ ਨੂੰ ਪਹਿਲਾਂ ਤੈਨੂੰ ਪਤਾ ਸੁਕਾ ਦਿਆਂਗੇ ਆਪਣੇ ਖੜ ਦੇ ਘਰ ਦੇ ਦਾਣੇ ਯਾਰ ਆਏ 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 ਬੇਟਾ ਬਹੁਤ ਹੈ ਨੀ ਵਾਟਰ ਵੀ ਪਾ ਦੇ ਦਰਿਆ ਵਾਲੇ ਕੋਲ ਪੂਰਾ ਫੁੱਲ ਜਮਾ ਇੱਥੇ ਵੀ ਲਾਦਾ ਕੁੰਡਾ ਬੈਠ ਕੇ ਦਵਾਲੇ ਚਲੋ ਕੁੰਡੇ ਚ ਹਾਂ ਲਵਾਇਆ ਪਰ ਹੱਥ ਵੜਾ ਲਿਆ ਜਾਣ ਯੈਸ ਹਾਂ ਭਾਈ ਆਏ ਨੀ ਬਾਹਰ ਸਿੱਟੇਗਾ ਤੂੰ ਕੋਲੋਂ ਸਿੱਟ ਕਰਕੇ ਉਹ ਭੰਨ ਦੀ ਚੱਕ ਵੀ ਸਿੱਟਦੇ ਕੋਈ ਨਾ ਕੁਛ ਨਹੀਂ ਦਾ ਹੌਲੀ ਦੇ ਹਾਂ ਉਹ ਵੀ ਸਿੱਟਦੇ ਕੁਛ ਨਹੀਂ ਦਾ ਉਹ ਇੰਨਾ ਕੁ ਵੇਸਟ ਕਰਨਾ ਆਪਾਂ ਬਾਹਲੀ ਚੰਗੀ ਜੀ ਇਹ ਤਾਂ ਸਾਰੇ ਕਟਾਣੂ ਮਾਰਦੇ ਨਹੀਂ ਤਾਂ ਇਹ ਲਓ ਜੀ ਇਹ ਬੈਟ ਕਾਲੇ ਕਬੂਤਰਾਂ ਵਾਸਤੇ ਕਰ ਰਹੀ ਸੀ ਰੈਡੀ ਆਪਾਂ ਆਪਣਾ ਪਾਣੀ ਜਾਲ ਹਨਾ ਇਹਨਾਂ ਨੂੰ ਵੀ ਟੈਟਰਾ ਸਾਈਕਲਿਨ ਪਾਤਾ ਮੈਂ ਹੈਰ ਕਬੂਤਰਾਂ ਅੰਦਰੋਂ ਬਾਹਰੇ ਜੋ ਆਂਗਾ ਸੀਗਾ ਐਵੇਂ ਨੁਕਸਾਨ ਨਾ ਕਰਾ ਦੇਣਾ ਆਪਣਾ ਨਹੀਂ ਚੱਲੇ ਜੀ ਦਬਕਾ ਮਾਰੋ ਜੀ ਫਿਰ ਸਹੀ ਦਾਣਾ ਵੀ ਪਾਤਾ ਪਾਣੀ ਵੀ ਪਾਤਾ
ਹਾਂਜੀ ਮੇਰੇ ਵੀਰੋ, ਅੱਜ ਵਾਲਾ ਵੀ ਦਿਨ ਛਿੱਟ ਗਿਆ ਬਾਬੇ। ਇੱਕ ਮਿੰਟ ਕਹਿੰਦਾ ਬਾਹਰਲਾ ਬੇਟਾ ਤਾਂ ਛੱਡ ਗਿਆ ਪਾਪਾ ਜੀ, ਅੰਦਰ ਲਗਾਂ ਵੀ ਛੱਡ ਗਏ, ਅਤੇ ਸਿਰਫ ਆਹ ਕਬੂਤਰਾਂ ਨੂੰ ਦਾਣੇ ਪਾਉਣਾ ਰਹਿ ਗਏ ਇੱਧਰੋਂ ਓਨਲੀ, ਬਾਕੀ ਸਾਰਿਆਂ ਨੂੰ ਪਾ ਤੇ। ਅਤੇ ਯਾਰ ਬਸ ਐਂ ਲੰਘ ਗਿਆ ਸਾਰਾ ਦਿਨ ਆਪਣਾ ਜੀ ਆਪਣਾ ਜੀ ਯਾਰ। ਹਜੇ ਬਲਜੀਤ ਕਿਉਂ ਨਹੀਂ ਜਾਇਆ ਗਿਆ, ਇੱਕ ਵਾਰੀ ਵੀ ਸੌਣ ਲੱਗੇ ਬਈ, ਕਮਾਲ ਹੋਈ ਪਈ ਹੈ ਜਮਾਂ, ਹੈ ਨਾ। ਹੁਣ ਵੀ ਫੋਨ ਲਏ ਸੀ, ਆ ਜਾ ਜਾ ਆਪਣਾ ਭੈਣ ਚੋਤ, ਪਤਾ ਨਹੀਂ ਯਾਰ, ਬਸ ਧੀ ਦੀ ਲੱਕੜ ਵਾਕਈ ਦੁਨੀਆਂਦਾਰੀ ਤਾਂ ਉਹ ਕੁੱਤੇ ਕੰਮ ਹੈ ਭੈਣ ਚੋਤ ਯਾਰ, ਛੱਡੋ ਚਲੋ ਕੋਈ ਗੱਲ ਨਹੀਂ। ਕਬੂਤਰਾਂ ਤੁਹਾਨੂੰ ਮੇਰੀ ਗੱਲ ਸੁਣ ਲਓ ਯਾਰ, ਤੁਸੀਂ ਆਪ ਦੇਖੋ ਮੈਂ ਕੀਤਾ ਕਿ ਤੜਕਦਾ ਉੱਠ ਕੇ ਕੋਈ ਵੀ ਮੈਂ ਕੰਮ ਕੀਤਾ। ਕਬੂਤਰਾਂ ਨੂੰ ਦਾਣੇ ਪਾਉਣ ਵਾਲਾ ਕੰਮ ਹੁੰਦਾ ਵੱਧ ਤੋਂ ਵੱਧ ਅੱਧੇ ਘੰਟੇ ਦਾ, ਸਾਰਾ ਦਿਨ ਬੰਦਾ ਵਿਹਲਾ ਹੁੰਦਾ। ਚੱਲ ਵੀਡੀਓ ਐਡਿਟ ਕਰਨ ਦਾ ਕੰਮ, ਘੰਟਾ ਵੀਡੀਓ ਐਡਿਟ, ਅੱਧਾ ਘੰਟਾ ਵੀਡੀਓ ਐਡਿਟ ਦਾ ਲਾ ਲਓ, ਅੱਧਾ ਘੰਟਾ ਕਬੂਤਰਾਂ ਦੇ ਦਾਣੇ ਦਾ ਲਾ ਲਓ, ਅਤੇ ਅੱਧਾ ਘੰਟਾ ਘੰਟਾ ਵੀਡੀਓ ਪੋਸਟ ਕਰਨ ਦਾ ਲਾ ਲਓ। ਸਿਰਫ ਸਾਰੇ ਦਿਨ 'ਚ ਡੇਢ ਘੰਟੇ ਦਾ ਕੰਮ ਹੁੰਦਾ ਮੇਰਾ, ਦੋ ਘੰਟਿਆਂ ਦਾ, 24 ਘੰਟਿਆਂ 'ਚ। ਅਤੇ ਸਾਰਾ ਦਿਨ ਮੈਨੂੰ ਖੁਦ ਨੂੰ ਨਹੀਂ ਪਤਾ ਮੇਰਾ ਕਿਵੇਂ ਟਪਾਉਣਾ, ਕਿੱਧਰ ਜਾਂਦਾ, ਕਿ ਇੰਨਾ ਜ਼ਿਆਦਾ ਟਾਈਮ ਵੇਸਟ ਕਰਦਾ ਨਾ ਬਾਬੇ, ਤੁਸੀਂ ਪੁੱਛੋ ਨਾ। ਚਲੋ ਕੋਈ ਨਾ ਯਾਰ, ਬਸ ਹੁਣ ਇੱਧਰੋਂ ਕੰਮ ਧੰਦਾ ਨਿਬੇੜ ਕੇ ਰਿਲੈਕਸ ਹੋ ਗਏ ਸਾਰੇ ਪਾਸੇ, ਹੁਣ ਦੋ ਚਾਰ ਦਿਨ ਜਿਹੜੇ ਬਲਜੀਤ ਕੇ ਲਵਾਵਾਂਗੇ, ਠੀਕ ਹੈ ਨਾ, ਉੱਥੇ ਵਿਆਹ ਵਿੱਚ ਜਾਵਾਂਗੇ, ਮਾੜੇ ਵਾਲ ਵੂਲ ਸੈੱਟ ਕਰਾਉਣੇ, ਕਟਾਉਣੇ ਕਟੂਣੇ ਸਾਰਾ ਕੁਝ ਕਰਾ ਕੇ ਹੈ ਨਾ, ਮੁਕਦੀ ਗੱਲ ਇਹ ਹੈ। ਅਤੇ ਹੁਣ ਜਾ ਕੇ ਆਉਣਾ ਆਪਾਂ ਖੇਤ, ਬਈ ਇੱਕ ਮਿੰਟ ਪਤਾ ਇਹਨੂੰ ਬੰਦ ਕਰਾਂ, ਹੁਣ ਜਾਂਦਾ ਮੈਂ ਖੇਤ ਮੋਟਰਾਂ ਮਾਟਰਾਂ ਬੰਦ ਕਰਨ। ਹਾਂਜੀ ਮੇਰੇ ਵੀਰੋ, ਸਾਰੇ ਦਿਨ ਦਾ ਪਹਿਲਾ ਕੰਮ, ਇਹਨੂੰ ਵੀ ਆਪਾਂ ਜੇ ਤੁਸੀਂ ਸਹੀ ਨਜ਼ਰੀਏ ਨਾਲ ਦੇਖੋਗੇ ਬੰਦਿਆਂ ਵਾਂਗੂੰ, ਤਾਂ ਇਹ ਵੀ ਕੋਈ ਕੰਮ ਨਹੀਂ ਗਾ। ਖੇਤ ਆਇਆ ਬਾਈ, ਮੋਟਰ ਬੰਦ ਕਰਨਾ, ਇੱਕ ਮਿੰਟ ਪਹਿਲਾਂ ਦੇਖੀਏ ਕੋਈ ਬਾਬਾ ਨਾ ਬੈਠਾ ਹੋਇਆ, ਦੇਖੋ ਐਂ ਤਾਂ ਕੰਜਾਂ ਤਾਂ ਐਂ ਲੌਂਕੀ ਜਾਂਦੀਆਂ, ਹੈ ਨਾ, ਉਹ ਕੀ ਹੈ, ਉਹ ਤਾਂ ਉਹੀ ਹੈ, ਆਹ ਦੇਖੋ ਲੈ ਇਹ ਕਿੰਨਾ ਰਿਸਕ ਹੈ, ਆਹ ਦੇਖੋ ਮੂੰਹ ਵੇਖੋ ਇਹਦਾ, ਚਲੋ ਕੋਈ ਨਾ, ਇਹਦਾ ਕਿਹੜਾ ਮਾਰ ਜੂ ਆਪਣੇ, ਆਨ ਆਫ। ਸਾਰੇ ਦਿਨ ਦਾ ਪਹਿਲਾ ਕੰਮ ਬਾਬਿਓ, ਖੇਤ ਆਇਆ ਹੁਣ ਮੋਟਰਾਂ ਬੰਦ ਕਰਨਾ, ਸੱਚੀ ਜਮਾਂ ਨਰੋਲ ਸਾਰੇ ਦਿਨ ਦਾ ਪਹਿਲਾ ਕੰਮ ਹੈ ਮੇਰਾ ਇਹ। ਤੁਸੀਂ ਆਪ ਦੇਖ ਲਓ ਵੀ ਇੰਨਾ ਵਿਹਲਾ ਹੋਣ ਦੇ ਬਾਵਜੂਦ ਵੀ ਮੈਂ ਕਿੰਨਾ ਜ਼ਿਆਦਾ ਦੁਖੀ ਰਹਿੰਦਾ ਇਹ ਸਿਚੁਏਸ਼ਨ। ਬਸ ਮੈਨੂੰ ਪਤਾ ਵੀ ਮੈਂ ਕਿਵੇਂ ਫੇਸ, ਨਾਲੇ ਵਿਹਲਾ ਰਹਿੰਦਾ, ਨਾਲੇ ਮੈਨੂੰ ਕੋਈ ਕੁਛ ਕਹਿੰਦਾ ਨਹੀਂ, ਨਾ ਮੈਨੂੰ ਨਾ ਘਰ ਦਾ ਕੋਈ ਕੁਛ ਕਹਿ ਨਹੀਂ, ਮਤਲਬ ਕਹਿ ਸਕਦੇ ਆ ਹੱਕ ਹੈ, ਪਰ ਮੈਨੂੰ ਕੋਈ ਵੀ ਕੁਛ ਕਹਿੰਦਾ ਨਹੀਂ ਮੈਂ ਕੁਛ ਸਹੀ ਕਰਾਂ ਕੁਛ ਗਲਤ ਕਰਾਂ। ਸਿੱਧਾ ਹੀ ਸਪਾਇਸ਼ਟੀ ਦੱਸਦਾ ਤੁਹਾਨੂੰ ਮੈਂ, ਕੁਛ ਵੀ ਮੈਨੂੰ ਕਿਸੇ ਨਾਲ ਨਹੀਂ ਕਹਿਣਾ ਵੀ ਮਾਨਪ੍ਰੀਤ ਤੂੰ ਆਹ ਕੰਮ ਕਿਉਂ ਕਰੀ ਜਾਂਦਾ, ਚੁੱਪ ਕਰ ਜਾਣਗੇ, ਕੁਛ ਵੀ ਕਰਨ ਦੇ ਯਾਰ ਗੱਲ ਖਤਮ, ਮੈਨੂੰ ਨਾ ਮੈਨੂੰ ਕੋਈ ਹੋਰ ਕਹਿ ਕੁਛ ਕਹਿ ਸਕੇ। ਕਬੂਤਰ ਆਪਣੇ ਕੋਲ ਆਇਆ, ਇੰਨੀ ਖੁੱਲ੍ਹ ਆਪਣੇ ਕੋਲ ਆਇਆ, ਮੈਂ ਮੰਨ ਕੇ ਚਲੋ ਹੁਣ 10 ਦਿਨ ਬਿਨਾਂ ਦੱਸੇ ਘਰੋਂ ਜਾ ਵੜਾ ਨਾ, 10 ਦਿਨ ਵੀ ਮੈਨੂੰ ਮਗਰ ਫੋਨ ਤੱਕ ਨਹੀਂ ਆਉਂਦਾ, ਇੰਨੀ ਜ਼ਿਆਦਾ ਖੁੱਲ੍ਹ ਹੁੰਦੀ ਹੈ ਕਿਸੇ ਨੂੰ, ਨਹੀਂ ਹੁੰਦੀ। ਮੈਂ ਯਾਰ ਹੁਣ ਉਹੀ ਹੁਣ ਮੈਂ ਤੁਹਾਨੂੰ ਕੀ ਸਮਝਾਵਾਂ ਵੀ ਇੰਨਾ ਇੰਨਾ ਜ਼ਿਆਦਾ ਬਾਬੇ, ਇੰਨੀ ਜ਼ਿਆਦਾ ਫੈਸਿਲਿਟੀਜ਼ ਮਿਲਣ ਤੋਂ ਬਾਅਦ ਵੀ ਜੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਮੈਂ ਬਈ ਹਜੇ ਵੀ ਮੈਂ ਸੈਟਿਸਫਾਈ ਨਹੀਂ ਗਾ, ਅਤੇ ਫਿਰ ਤੁਸੀਂ ਦੇਖ ਲਓ ਵੀ ਗੱਲਾਂ ਕਿੱਧਰ ਨੂੰ ਜਾ ਰਹੀਆਂ ਇਹ, ਹੈ ਨਾ। ਚਲੋ ਛੱਡੋ, ਹੋਰ ਹੀ ਲੰਮੀ ਗੱਲ ਛੇੜ ਲਈ। ਚਲੋ ਖੇਤ ਆਇਆ ਬਾਬੇ ਯਾਰ, ਮੈਂ ਵੀਡੀਓ ਵੀ ਐਡਿਟ ਕਰਨੀ ਹਜੇ, ਹੈ ਨਾ, ਇੱਥੇ 5G ਚੱਲਦਾ, ਅਤੇ ਵੀਰ ਮੈਂ ਵੀਡੀਓ ਐਡਿਟ ਕਰਕੇ ਇੱਥੇ ਅਪਲੋਡ ਕਰਦਾ, ਫਿਰ ਦੂਜੇ ਖੇਤ ਚੱਲਾਂਗੇ ਮੋਟਰ ਬੰਦ ਕਰਨ। ਆਪਾਂ ਫਿਰਦੇ ਹਾਂ ਜੀ ਪਿੰਡ 'ਚ, ਸਾਡੇ ਪਿੰਡ ਦਾ ਕਮਜ਼ੂਰ ਡਾਕਟਰ ਹੈ ਪੱਪੂ ਡਾਕਟਰ, ਉਹ ਬਲਜੀਤ ਨੇ ਫੋਨ ਕੀਤਾ ਸੀ, ਹੈ ਨਾ, ਕਹਿੰਦਾ ਵੀ ਡਾਕਟਰ ਕੋਲ ਜਾ ਗਿਆ ਘਰੇ, ਮਾੜੀ ਜੀ ਕੋਈ ਐਮਰਜੈਂਸੀ ਆ, ਹੈ ਨਾ, ਐਮਰਜੈਂਸੀ ਤੋਂ ਭਾਵੇਂ ਜਿਹੜਾ ਸੀਰੀਅਸ ਕੇਸ ਜੀ, ਤੁਹਾਨੂੰ ਪਤਾ ਨੋਰਮਲੀ ਬਲੱਡ ਬਲੁੱਡ ਘੱਟ ਜਾਂਦਾ ਫਿਰ ਕੋਈ ਹੋਰ, ਹੈ ਨਾ, 19-21। ਅਤੇ ਮੈਂ ਖੇਤੋਂ ਫਿਰ ਸਿੱਧਾ ਡਾਕਟਰ ਕੋਲ ਆਇਆ, ਬਹੁਤ ਕੰਮ ਕਰਕੇ ਆਇਆ, ਮੈਂ ਤੁਹਾਨੂੰ ਘਰੇ ਆ ਕੇ ਦੱਸੂਗਾ। ਡਾਕਟਰ ਮੇਰੇ ਹੋ ਜਾਂਦਾ ਮੂਹਰੇ ਮੂਹਰੇ ਸਾਹਮਣੇ, ਮੈਂ ਉਹਦੇ ਪਿੱਛੇ ਪਿੱਛੇ, ਅਤੇ ਮੈਨੂੰ ਐਂ ਲੱਗਦਾ ਆਪਣੀ ਬੈਂਕ 'ਚੋਂ ਫਿਊਲ ਮੁੱਕ ਗਿਆ ਹੁੰਦਾ ਜਿਵੇਂ ਯਾਰ। ਹਾਂਜੀ ਬਾਬਿਓ, ਕੋਠੀ ਦੇ ਉੱਤੇ ਬੈਠੇ ਹਾਂ ਜੀ, ਇੱਕ ਮਿੰਟ ਪਹਿਲਾਂ ਤਾਂ ਮੈਨੂੰ ਜੁਲਫਾ ਸਵਾਰ ਲਿਆ,
ਲੱਕੜੀ ਲੈਂਦੇ ਕਟਾ ਕੇ ਆਉਣੇ ਪੈਣਗੇ ਵੀ ਕੱਲੀ ਜਿੰਦ ਨੂੰ ਸੌ ਸਿਆਪੇ ਬਈ ਕੀ ਹੋਇਆ ਵੀਡੀਓ ਅਪਲੋਡ ਕਰੀ ਜਾਂਦਾ ਸੀਗਾ ਲਗਭਗ 10 ਵਜੇ ਹੁਣ 10:30 ਦਾ ਟਾਈਮ ਹੋ ਗਿਆ ਹੁਣ ਨੈੱਟ ਮੁੱਕ ਗਿਆ ਫਿਰ ਘਰ ਕੋਈ ਫੋਨ ਵੀ ਹੈ ਨਹੀਂ ਸੀ ਹੈ ਨਾ ਮਤਲਬ ਘਰ ਮੇਰੀ ਘੱਟ ਹੀ ਬੰਦ ਹੈ ਤੁਹਾਨੂੰ ਸਹੀ ਦੱਸਾਂ ਅਤੇ ਇੱਕ ਫੋਨ ਸੀ ਸਿਰਫ ਉਹਦੇ 'ਚ ਪੈ ਕੇ ਨਹੀਂ ਉਹ ਵੀ ਮੈਂ ਕਰਕੇ ਦੇਣਾ ਹੈ ਨਾ ਉੱਧਰੋਂ ਹੋਟਸਪੋਟ ਕਰਨ ਜੋਗਾ ਫਿਰ ਮੇਰੇ ਦਿਮਾਗ 'ਚ ਆਈਡੀਆ ਆਇਆ ਵੀ ਆਪਣੀ ਕੋਠੀ ਦੇ ਤਾਂ ਆ ਕੇ 5G ਦੀ ਰੇਂਜ ਆਉਂਦੀ ਅਤੇ 5G ਹੈਗਾ ਫ੍ਰੀ ਤੁਹਾਨੂੰ ਪਤਾ ਫਿਰ ਮੈਂ ਉੱਤੇ ਆ ਕੇ ਵੀਡੀਓ ਅਪਲੋਡ ਕੀਤੀ 5G ਦੇ ਸਹਾਰੇ ਨਾਲ ਅਤੇ ਨਾਲੇ ਆਪਦਾ ਗੂਗਲ ਪੇ ਰਾਹੀਂ ਪੈਕ ਕਰਕੇ ਲਿਆ 6GB ਵਾਲਾ 69 ਦਾ ਹੁਣ ਆਪਣੀ ਵੀਡੀਓ ਵੀ ਪੈ ਗਈ ਪੈਕ ਵੀ ਹੋ ਗਿਆ ਬਾਬਿਓ ਅਤੇ ਹੁਣ ਆਪਾਂ ਚੱਲਦੇ ਹਾਂ ਭਾਈ ਥੱਲੇ ਅਤੇ ਉਸ ਤੋਂ ਬਾਅਦ ਫਿਰ ਹੈਗੇ ਆਪਾਂ ਨਹਾਉਣੇ ਧੋਣੇ ਨਹਾ ਧੋ ਕੇ ਅਤੇ ਫਿਰ ਬਸ ਪੁੱਧਲੇ ਘਰ ਚੱਲ ਕੇ ਬਲੌਗ ਦੀ ਐਂਡਿੰਗ ਕਰਦਾ ਇੱਕ ਮਿੰਟ ਬਾਹਰ ਬੋਲੋ ਮੈਂ ਕਰ ਜਾ ਲੌਕ ਸਾਰੇ ਘਰ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰਲੇ ਘਰ ਨਹਾਈ ਧੋਈ ਕਰਕੇ ਇੱਕ ਮਿੰਟ ਬਈ ਫੋਨ ਦੀ ਬੈਟਰੀ ਤੋਂ ਫਲੈਸ਼ ਵੀ ਨਹੀਂ ਹੈਗੀ ਪਹਿਲਾਂ ਫੋਨ ਚਾਰਜ ਕਰ ਲੈਂਦੇ ਆ ਕੇ ਹਾਂਜੀ ਮੇਰੇ ਵੀਰੋ ਹੁਣ ਕਰ ਦੇ ਜੀ ਬਲੌਗ ਦੀ ਐਂਡਿੰਗ ਮੈਂ ਹਾਂ ਨਹਾਈ ਧੋਈ ਕਰ ਆਉਂਦੀ ਬਾਬੇ ਉਹ ਰੋਟੀ ਰੋਟੀ ਖਾ ਆਉਂਦੀ ਜਮਾਂ ਫਰੈਸ਼ ਹੋ ਗਏ ਹੈ ਨਾ ਉਹ ਦੋ ਚੀਜ਼ਾਂ ਰਹਿ ਗਈਆਂ ਉੱਧਰ ਆਪਣਾ ਸੱਚ ਦੋ ਨਹੀਂ ਮੇਰੇ ਵੀਰੋ ਤਿੰਨ ਇੱਕ ਤਾਂ ਤੁਹਾਨੂੰ ਦਿਖਾਉਣਾ ਖੜ ਜਾਓ ਕੱਢ ਕੇ ਹਲਦੀ ਰਾਮ ਦੀਆਂ ਰੋਸਟਡ ਕਰਸ਼ਡ ਪੀਨਟਸ ਇੱਕ ਆਪਣੇ ਏਅਰਪੋਰਟ ਅਤੇ ਇੱਕ ਲਿਆਉਂਦੀ ਹੈ ਘਰੋਂ ਵਾਟਰ ਬੋਟਲ ਆਹ ਬਾਬੇ ਜਦੋਂ ਮੈਂ ਖੇਤ ਮੋਟਰਾਂ ਬੰਦ ਕਰਨ ਗਿਆ ਹੈ ਨਾ ਇੱਕ ਮੋਟਰ ਬੰਦ ਕਰਕੇ ਕੋਠੀ ਵਾਲੀ ਫਿਰ ਮੈਂ ਗਾਹਾਂ ਬਾਦਲ ਜਾ ਵੜਿਆ ਬਾਦਲੋਂ ਮੈਂ ਇਹ ਲੈ ਕੇ ਆਇਆ ਫਿਰ ਮੈਂ ਆ ਕੇ ਦੂਜੀ ਮੋਟਰ ਬੰਦ ਕੀਤੀ ਉਹਨੂੰ ਬਲਜੀਤ ਦਾ ਫੋਨ ਆਇਆ ਫਿਰ ਮੈਂ ਡਾਕਟਰ ਕੋਲ ਜਾ ਵੜਿਆ ਅਤੇ ਬਸ ਤੁਹਾਨੂੰ ਪਤਾ ਉਦੋਂ ਬਾਅਦ ਹੈ ਨਾ ਬਾਕੀ ਕੱਲ੍ਹ ਨੂੰ ਹੈਗਾ ਬਰੋ ਬਲਜੀਤ ਦੀ ਸਿਸਟਰ ਦਾ ਵਿਆਹ ਠੀਕ ਹੈ ਬਲਜੀਤ ਦੀ ਸਿਸਟਰ ਰੱਖ ਲਓ ਮੇਰੀ ਸਿਸਟਰ ਰੱਖ ਲਓ ਇੱਕ ਹੀ ਗੱਲ ਹੈ ਹੈ ਨਾ ਅਤੇ ਕੱਲ੍ਹ ਨੂੰ ਵੀ ਆਪਾਂ ਨੂੰ ਜਾਣਾ ਪਊਗਾ ਵੈਸੇ ਤਾਂ ਸਾਡਾ ਮੇਰਾ ਹੱਕ ਦੋ ਦਿਨ ਪਹਿਲਾਂ ਤੁਸੀਂ ਕਹਿਣਾ ਚਲੋ ਕੋਈ ਨਾ ਕੱਲ੍ਹ ਤੋਂ ਜਾਣ ਲੱਗ ਜਾਓ ਫਿਰ ਬਲਜੀਤ ਦਾ ਉਦੋਂ ਬਾਅਦ 16 ਨੂੰ ਠੀਕ ਆ ਬਾਬੇ ਇੱਕ ਮਿੰਟ ਰੁਕੋ ਫੋਨ ਆ ਜਾਂਦਾ ਇੱਧਰਲੇ ਕਬੂਤਰਾਂ ਨੂੰ ਦਾਣੇ ਪਾਣੀ ਦੇ ਠੀਕ ਹੈ ਦਾਣੇ ਵਾਲੀ ਟ੍ਰੇ ਵੀ ਕਰ ਲਈ ਫੁੱਲ ਇਹਨਾਂ ਦੀ ਆਪਾਂ ਮਿਕਸ ਖੁਰਾਕ ਅਤੇ ਉੱਤੋਂ ਜੀ ਸ਼ੁੱਧ ਵਾਟਰ ਡੇਲੀ ਦੀ ਡੇਲੀ ਜਿਹੜਾ ਆਪਾਂ ਚੇਂਜ ਕਰਦੇ ਹਾਂ ਇਹ ਤਿੰਨ ਬਰੀਡਾਂ ਆਪਣੀਆਂ ਮੇਨ ਅਤੇ ਉੱਤੋਂ ਲਾ ਦੇਈਏ ਉਹਨੂੰ ਲੋਕ ਨਾਲ ਦੀ ਨਾਲ ਠੀਕ ਹੈ ਕਿ ਨਹੀਂ ਇੱਧਰੋਂ ਵਿੰਡੋ ਦੀ ਓਪਨ ਕਰ ਉਦੋਂ ਬਾਅਦ ਮੈਂ ਬੱਚੇ ਵਾਸਤੇ ਚਣੇ ਵੀ ਪਿਆ ਦੂੰਗਾ ਨੋਟ ਸ਼ਿਓਲੀਓ ਕੋ ਚਣੇ ਕਿਆ ਕਰਾਂਗੇ ਆਪਾਂ ਵੈਸੇ ਤਾਂ ਪਿਆ ਹੀ ਯਾਰ ਮੈਂ ਤਾਂ ਕਹਿੰਦਾ ਇਹਨਾਂ ਦਾ ਪਾਣੀ ਕੱਢ ਕੇ ਨਹੀਂ ਪਾਣੀ ਕੱਢ ਕੇ ਨਹੀਂ ਇਹਨੂੰ ਹੁਣ ਉਹ ਕਰ ਦਿੰਦਾ ਸੁਕਾ ਦੇਣਾ ਕੱਢ ਦਿੰਦਾ ਬਾਹਰ ਸੁਬਹਾ ਉੱਠ ਕੇ ਪਾਣੀ ਪਾ ਦੂੰਗਾ ਇਹਨਾਂ 'ਚ ਹੈ ਨਾ ਅਤੇ ਕੁਛ ਕਰਨ ਵਾਲੇ ਪਏ ਆ ਯਾਰ ਇਹ ਵਿੱਚ ਲਾ ਦੂੰਗਾ ਤੜ ਕੇ ਚਲੋ ਓਕੇ ਬਾਬੇ ਹੁਣ ਯਾਰ ਦੇਖਦੇ ਹਾਂ ਹੁਣ ਕੱਲ੍ਹ ਨੂੰ ਕੀ ਪਾਉਂਦਾ ਸੀ ਅੱਜ ਵਿਆਹ 'ਤੇ ਜਾਈਏ ਮੇਰੇ ਹਿਸਾਬ ਨਾਲ ਤਾਂ ਅਤੇ ਭਾਈ ਸਾਹਿਬ ਕਰ ਦਈਏ ਆਪਾਂ ਬਲੌਗ ਦੀ ਐਂਡਿੰਗ ਅਤੇ ਕੰਮ ਧੰਦਾ ਬਸ ਅੱਜ ਤੁਹਾਡੇ ਸਾਹਮਣੇ ਮੈਂ ਕੀ ਕੀਤਾ ਕੰਮ ਧੰਦਾ ਕੀ ਕੀਤਾ ਕੁਛ ਨਹੀਂ ਓਏ ਹਾਂ ਸੱਚ ਬਈ ਦੋ ਬੱਚੇ ਨਿਕਲਣ ਵਾਲੇ ਸੀਗੇ ਕੋਈ ਗੱਲ ਨਹੀਂ ਮੈਂ ਉਦੋਂ ਬਾਅਦ ਵੇਖ ਲੂੰਗਾ ਆਪੇ ਆਪਦੇ ਹਿਸਾਬ 'ਤੇ ਦੇਖ ਲੂੰ ਖੋਲ੍ਹ ਕੇ ਮੈਂ ਜਿਹੜੇ ਦੋ ਬੱਚੇ ਉਹ ਸ਼ਾਹ ਨੇ ਕਰਤਾ ਕੰਮ ਨਹੀਂ ਕੀਤਾ ਸਹੀ ਹੋ ਗਈਆਂ ਜੋੜੀਆਂ ਹੁਣ ਬਾਬੇ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਕੱਟਤੀ ਉਹ ਜੋੜੀਆਂ ਦੀ ਵੀ ਸੈਟਿੰਗ ਵੱਜ ਗਈ ਇੱਧਰੋਂ ਵੀ ਸੈਟਿੰਗ ਹੈ ਇੱਧਰੋਂ ਕਬੂਤਰੀਆਂ ਕੱਢ ਕੇ ਇੱਧਰ ਛੱਡਤੀਆਂ ਲੋਕ ਲੂਕ ਵੀ ਲਾ ਤੇ ਅਤੇ ਓਕੇ ਰਿਪੋਰਟਾਂ ਬਾਬਿਓ ਹੈ ਨਾ ਅਤੇ ਠੀਕ ਹੈ ਜੀ ਕੱਲ੍ਹ ਨੂੰ ਮਿਲਦੇ ਸਾਰੇ ਵੀਰਾਂ ਨੂੰ ਅਤੇ ਇੱਕ ਸੱਚ ਹਾਂ ਬਈ ਕੁਛ ਭਰਾ ਕਮੈਂਟ ਕਰੀ ਜਾਂਦੀ ਸੀ ਮੇਰੇ ਯਾਦ ਆ ਗਿਆ ਜਲਦੀ ਜਲਦੀ ਮੈਂ ਗੱਲ ਨਿਬੇੜਦਾ ਵੀ ਮੈਂ ਕਿਹਾ ਸੀ ਨਾ ਬੱਚਾ ਹੈਂਡ ਟ੍ਰੇਨ ਨਹੀਂ ਹੁੰਦਾ ਅਤੇ ਉਹ ਮੈਨੂੰ ਵੀ ਪਤਾ ਮੰਨ ਕੇ ਚੱਲ ਹੈਂਡ ਟ੍ਰੇਨ ਦਾ ਕੀ ਹਿਸਾਬ ਕਿਤਾਬ ਹੁੰਦਾ ਕਿਉਂਕਿ ਬੱਚੇ ਨੂੰ ਮੋਹ ਬੱਚੇ ਨੂੰ ਕਾਹਦੇ ਤੱਕ ਮੋਹ ਪਿਆਰ ਹੈ ਉਹਨੂੰ ਆਇਆ ਮੈਂ ਭੁੱਖਾ ਮੈਨੂੰ ਕੋਈ ਦਾਣੇ ਦੇਵੇ ਬਸ ਉਹਨੂੰ ਉਸ ਚੀਜ਼ ਦਾ ਹੋ ਜਾਂਦਾ ਮੈਨੂੰ ਕੁਛ ਭਰਾ ਕਹਿੰਦੇ ਵੀ ਇਹਨੂੰ ਭੁੱਖਾ ਰੱਖ ਅਤੇ ਉਹ ਚੀਜ਼ ਯਾਰ ਮੈਨੂੰ ਸਹੀ ਨਹੀਂ ਲੱਗੀ ਹੈ ਨਾ ਆਪਾਂ ਆਪਣੇ ਕੰਟੈਂਟ ਵਾਸਤੇ ਅਤੇ ਉਹ ਕਰੀਏ ਉਹਨੂੰ ਭੁੱਖਾ ਰੱਖ ਰੱਖ ਕੇ ਆਪਦੇ ਹੱਥ 'ਤੇ ਲਾਈਏ ਅਤੇ ਉਹ ਕਿੱਥੋਂ ਨਾ ਕਿੱਥੋਂ ਤੱਕ ਥੋੜ੍ਹੀ ਜਿਹੀ ਗਲਤ ਲੱਗੀ ਮੈਨੂੰ ਅਤੇ ਤਾਂ ਕਰਕੇ ਮੈਂ ਕਿਹਾ ਨਹੀਂ ਯਾਰ ਭੁੱਖਾ ਕਿਉਂ ਰੱਖਣਾ ਵਿਚਾਰ ਨੂੰ ਹੁਣ ਆਪਾਂ ਯਾਰ ਅਤੇ ਗਲਤ ਗੱਲਾਂ ਐਵੇਂ ਹੈ ਨਾ ਨਹੀਂ ਲੱਗਦਾ ਹੱਥ 'ਤੇ ਨਾ ਲੱਗੀ ਛਤਰੀ 'ਤੇ ਲੱਗ ਜੂ ਹੀ ਬਹੁਤ ਆ ਬਾਬੇ ਤਾਂ ਕਰਕੇ ਅਤੇ ਓਕੇ ਆ ਬਰੋ ਬਸ ਸੀ ਕੱਲ੍ਹ ਨੂੰ ਮਿਲਦੇ ਹਾਂ ਜੀ ਸਾਰੇ ਬੇਟਿਆਂ ਨੂੰ ਬਾਏ ਬਾਏ ਗੁੱਡ ਨਾਈਟ ਲਵ ਯੂ ਆਲ